ਇੱਕ ਨਿੱਜੀ ਸਕੂਲ ਦੇ ਬਾਹਰ ਘੁੰਮਦੇ ਸਨੈਚਰਾਂ ਦੇ ਵੱਲੋਂ ਇੱਕ ਐਕਟਿਵਾ ਸਵਾਰ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਸਦੀ ਚੇਨ ਖੋ ਕੇ ਫਰਾਰ ਹੋਏ ਨੇ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। ਜਦੋਂ ਇਹ ਔਰਤ ਆਪਣੀ ਐਕਟਿਵਾ ਤੇ ਸਕੂਲ ਦੇ ਬਾਹਰ ਪਹੁੰਚਦੀ ਹੈ ਤਾਂ ਪਿੱਛੇ ਪਿੱਛੇ ਬਾਈਕ ਸਵਾਰ ਇਸ ਸਨੈਚਰ ਉਸਦਾ ਪਿੱਛਾ ਕਰ ਰਹੇ ਹੁੰਦੇ ਨੇ। ਜਿਵੇਂ ਹੀ ਇਹ ਔਰਤ ਆਪਣੀ ਐਕਟਿਵਾ ਸਕੂਲ ਦੇ ਬਾਹਰ ਜਾ ਕੇ ਰੋਕਦੀ ਹੈ ਅਤੇ ਐਕਟਿਵਾ ਤੋਂ ਉਤਰ ਕੇ ਸਕੂਲ ਵੱਲ ਨੂੰ ਆਉਂਦੀ ਹੈ ਤਾਂ ਇਹਨਾਂ ਵਿੱਚੋਂ ਇੱਕ ਲੁਟੇਰਾ ਹੇਠਾਂ ਉਤਰ ਕੇ ਉਸ ਔਰਤ ਦੇ ਵੱਲ ਜਾਂਦਾ ਹੈ। ਜਿਵੇਂ ਹੀ ਔਰਤ ਮੁੜਦੀ ਹੈ ਤਾਂ ਉਹਦੇ ਪਿੱਛੋਂ ਦੀ ਚੇਨ ਖੋ ਕੇ ਭੱਜਣ ਲੱਗਦਾ ਹੈ। ਇਸੇ ਦੌਰਾਨ ਹੀ ਜਦੋਂ ਔਰਤ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਤਾਂ ਸਕੂਲ ਦਾ ਸਿਕਿਉਰਿਟੀ ਗਾਰਡ ਵੀ ਗੇਟ 'ਚ ਖੜਾ ਹੁੰਦਾ ਹੈ, ਜੋ ਸਭ ਦੇਖ ਰਿਹਾ ਹੁੰਦਾ ਹੈ ਤੇ ਉਸਦੇ ਵੱਲੋਂ ਭੱਜ ਕੇ ਉਸਨੂੰ ਜੱਫਾ ਪਾ ਲਿਆ ਜਾਂਦਾ ਹੈ, ਜੋ ਸਨੈਚਰ ਚੇਨ ਖੋ ਕੇ ਫਰਾਰ ਹੋ ਰਿਹਾ ਸੀ ਜਦਕਿ ਦੂਸਰਾ ਆਪਣੀ ਬਾਈਕ ਸਟਾਰਟ ਕਰਕੇ ਅੱਗੇ ਅੱਗੇ ਜਾ ਰਿਹਾ ਸੀ। ਇਸੇ ਦੌਰਾਨ ਹੀ ਇਸ ਸਨੈਚਰ ਦੇ ਵੱਲੋਂ ਸਿਕਿਉਰਿਟੀ ਗਾਰਡ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਜਾਂਦਾ ਹੈ ਤੇ ਖੁਦ ਫਰਾਰ ਹੋ ਜਾਂਦੇ ਨੇ। ਬਾਈਕ ਸਵਾਰ ਲੁਟੇਰਾ ਇਸੇ ਤਰ੍ਹਾਂ ਬਾਈਕ ਭਜਾ ਕੇ ਲੈ ਜਾਂਦਾ ਹੈ ਤੇ ਪਿੱਛੇ ਪਿੱਛੇ ਦੌੜ ਕੇ ਦੂਸਰਾ ਉਸਦਾ ਸਾਥੀ ਲੁਟੇਰਾ ਵੀ ਉਸਦੇ ਨਾਲ ਬੈਠ ਕੇ ਫਰਾਰ ਹੋ ਜਾਂਦਾ ਹੈ। ਇਸ ਸਿਕਿਉਰਿਟੀ ਗਾਰਡ ਦੇ ਵੱਲੋਂ ਉਸਦਾ ਪਿੱਛਾ ਵੀ ਕੀਤਾ ਜਾਂਦਾ ਹੈ ਪਰ ਉਹ ਹੱਥ ਨਹੀਂ ਆਉਂਦੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ। ਵੱਡੀ ਗੱਲ ਇਹ ਹੈ ਕਿ ਸਵੇਰ ਸਮੇਂ ਜਦੋਂ ਸਕੂਲ ਲੱਗਣਾ ਸ਼ੁਰੂ ਹੋਇਆ ਸੀ ਤਾਂ ਇਸੇ ਦੌਰਾਨ ਇਸ ਔਰਤ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਉਸਦਾ ਪਿੱਛਾ ਕੀਤਾ ਜਾਂਦਾ ਹੈ ਤੇ ਫਿਰ ਮੌਕਾ ਦੇ ਕੇ ਚੇਨ ਖੋ ਕੇ ਇਸ ਸਨੈਚਰ ਉੱਥੋਂ ਫਰਾਰ ਹੋ ਜਾਂਦੇ ਨੇ। ਤਸਵੀਰਾਂ ਮੋਹਾਲੀ ਦੇ ਢਕੋਲੀ ਏਰੀਆ ਦੀਆਂ ਨੇ ਜਿੱਥੇ ਸਨੈਚਰ ਇੱਕ ਸਕੂਲ ਦੇ ਬਾਹਰ ਘੁੰਮ ਰਹੇ ਸਨ। ਜਿਵੇਂ ਹੀ ਔਰਤ ਆਪਣੀ ਐਕਟਿਵਾ ਰੋਕਦੀ ਹੈ ਤਾਂ ਇਹ ਬਾਈਕ ਸਵਾਰ ਯੂ ਟਰਨ ਲੈਂਦੇ ਨੇ। ਇੱਕ ਬਾਈਕ ਸਵਾਰ ਹੇਠਾਂ ਉਤਰਦਾ ਹੈ, ਔਰਤ ਦੇ ਵੱਲ ਜਾਂਦਾ ਹੈ ਅਤੇ ਮੌਕਾ ਦੇਖ ਕੇ ਉਸਦੀ ਚੇਨ ਖੋ ਕੇ ਭੱਜਣ ਲੱਗਦਾ ਹੈ। ਜਿਵੇਂ ਹੀ ਔਰਤ ਰੋਲਾ ਪਾਉਂਦੀ ਹੈ ਤਾਂ ਉੱਧਰ ਗੇਟ ਦੇ ਵਿੱਚ ਸਕੂਲ ਦੇ ਦਰਵਾਜ਼ੇ ਦੇ ਵਿੱਚ ਸਿਕਿਉਰਿਟੀ ਗਾਰਡ ਖੜਾ ਸੀ, ਜੋ ਉਸਨੂੰ ਦੇਖ ਲੈਂਦਾ ਹੈ, ਉਸਦੇ ਵੱਲ ਭੱਜਦਾ ਹੈ, ਉਸਨੂੰ ਝਪੱਟਾ ਮਾਰਦਾ ਹੈ, ਜੱਫਾ ਮਾਰ ਕੇ ਫੜਦਾ ਹੈ। ਪਰ ਇਸ ਦੌਰਾਨ ਇਹ ਜਿਹੜਾ ਲੁਟੇਰਾ ਹੁੰਦਾ ਹੈ, ਸਨੈਚਰ ਹੁੰਦਾ ਹੈ, ਸਿਕਿਉਰਿਟੀ ਗਾਰਡ ਨੂੰ ਵੀ ਧੱਕਾ ਮਾਰ ਕੇ ਸੁੱਟ ਦਿੰਦਾ ਹੈ। ਜੋ ਇਸ ਸਨੈਚਰ ਨੇ ਚਿੱਟੇ ਰੰਗ ਦਾ ਸਾਫਾ ਲਿਆ ਹੁੰਦਾ, ਉਹ ਵੀ ਉਹਦਾ ਉੱਥੇ ਹੀ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਇਹ ਦੋਵੇਂ ਸਨੈਚਰ ਉੱਥੋਂ ਫਰਾਰ ਹੋ ਜਾਂਦੇ ਨੇ ਅਤੇ ਕਿਸੇ ਦੇ ਹੱਥ ਨਹੀਂ ਆਉਂਦੇ। ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਇਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇੱਕ ਨਿੱਜੀ ਸਕੂਲ ਦੇ ਬਾਹਰ ਘੁੰਮਦੇ ਸਨੈਚਰਾਂ ਦੇ ਵੱਲੋਂ ਇੱਕ ਐਕਟਿਵਾ ਸਵਾਰ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਸਦੀ ਚੇਨ ਖੋ ਕੇ ਫਰਾਰ ਹੋਏ ਨੇ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। ਜਦੋਂ ਇਹ ਔਰਤ ਆਪਣੀ ਐਕਟਿਵਾ ਤੇ ਸਕੂਲ ਦੇ ਬਾਹਰ ਪਹੁੰਚਦੀ ਹੈ ਤਾਂ ਪਿੱਛੇ ਪਿੱਛੇ ਬਾਈਕ ਸਵਾਰ ਇਸ ਸਨੈਚਰ ਉਸਦਾ ਪਿੱਛਾ ਕਰ ਰਹੇ ਹੁੰਦੇ ਨੇ। ਜਿਵੇਂ ਹੀ ਇਹ ਔਰਤ ਆਪਣੀ ਐਕਟਿਵਾ ਸਕੂਲ ਦੇ ਬਾਹਰ ਜਾ ਕੇ ਰੋਕਦੀ ਹੈ ਅਤੇ ਐਕਟਿਵਾ ਤੋਂ ਉਤਰ ਕੇ ਸਕੂਲ ਵੱਲ ਨੂੰ ਆਉਂਦੀ ਹੈ ਤਾਂ ਇਹਨਾਂ ਵਿੱਚੋਂ ਇੱਕ ਲੁਟੇਰਾ ਹੇਠਾਂ ਉਤਰ ਕੇ ਉਸ ਔਰਤ ਦੇ ਵੱਲ ਜਾਂਦਾ ਹੈ। ਜਿਵੇਂ ਹੀ ਔਰਤ ਮੁੜਦੀ ਹੈ ਤਾਂ ਉਹਦੇ ਪਿੱਛੋਂ ਦੀ ਚੇਨ ਖੋ ਕੇ ਭੱਜਣ ਲੱਗਦਾ ਹੈ। ਇਸੇ ਦੌਰਾਨ ਹੀ ਜਦੋਂ ਔਰਤ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਤਾਂ ਸਕੂਲ ਦਾ ਸਿਕਿਉਰਿਟੀ ਗਾਰਡ ਵੀ ਗੇਟ 'ਚ ਖੜਾ ਹੁੰਦਾ ਹੈ, ਜੋ ਸਭ ਦੇਖ ਰਿਹਾ ਹੁੰਦਾ ਹੈ ਤੇ ਉਸਦੇ ਵੱਲੋਂ ਭੱਜ ਕੇ ਉਸਨੂੰ ਜੱਫਾ ਪਾ ਲਿਆ ਜਾਂਦਾ ਹੈ, ਜੋ ਸਨੈਚਰ ਚੇਨ ਖੋ ਕੇ ਫਰਾਰ ਹੋ ਰਿਹਾ ਸੀ ਜਦਕਿ ਦੂਸਰਾ ਆਪਣੀ ਬਾਈਕ ਸਟਾਰਟ ਕਰਕੇ ਅੱਗੇ ਅੱਗੇ ਜਾ ਰਿਹਾ ਸੀ। ਇਸੇ ਦੌਰਾਨ ਹੀ ਇਸ ਸਨੈਚਰ ਦੇ ਵੱਲੋਂ ਸਿਕਿਉਰਿਟੀ ਗਾਰਡ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਜਾਂਦਾ ਹੈ ਤੇ ਖੁਦ ਫਰਾਰ ਹੋ ਜਾਂਦੇ ਨੇ। ਬਾਈਕ ਸਵਾਰ ਲੁਟੇਰਾ ਇਸੇ ਤਰ੍ਹਾਂ ਬਾਈਕ ਭਜਾ ਕੇ ਲੈ ਜਾਂਦਾ ਹੈ ਤੇ ਪਿੱਛੇ ਪਿੱਛੇ ਦੌੜ ਕੇ ਦੂਸਰਾ ਉਸਦਾ ਸਾਥੀ ਲੁਟੇਰਾ ਵੀ ਉਸਦੇ ਨਾਲ ਬੈਠ ਕੇ ਫਰਾਰ ਹੋ ਜਾਂਦਾ ਹੈ। ਇਸ ਸਿਕਿਉਰਿਟੀ ਗਾਰਡ ਦੇ ਵੱਲੋਂ ਉਸਦਾ ਪਿੱਛਾ ਵੀ ਕੀਤਾ ਜਾਂਦਾ ਹੈ ਪਰ ਉਹ ਹੱਥ ਨਹੀਂ ਆਉਂਦੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ। ਵੱਡੀ ਗੱਲ ਇਹ ਹੈ ਕਿ ਸਵੇਰ ਸਮੇਂ ਜਦੋਂ ਸਕੂਲ ਲੱਗਣਾ ਸ਼ੁਰੂ ਹੋਇਆ ਸੀ ਤਾਂ ਇਸੇ ਦੌਰਾਨ ਇਸ ਔਰਤ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਉਸਦਾ ਪਿੱਛਾ ਕੀਤਾ ਜਾਂਦਾ ਹੈ ਤੇ ਫਿਰ ਮੌਕਾ ਦੇ ਕੇ ਚੇਨ ਖੋ ਕੇ ਇਸ ਸਨੈਚਰ ਉੱਥੋਂ ਫਰਾਰ ਹੋ ਜਾਂਦੇ ਨੇ। ਤਸਵੀਰਾਂ ਮੋਹਾਲੀ ਦੇ ਢਕੋਲੀ ਏਰੀਆ ਦੀਆਂ ਨੇ ਜਿੱਥੇ ਸਨੈਚਰ ਇੱਕ ਸਕੂਲ ਦੇ ਬਾਹਰ ਘੁੰਮ ਰਹੇ ਸਨ। ਜਿਵੇਂ ਹੀ ਔਰਤ ਆਪਣੀ ਐਕਟਿਵਾ ਰੋਕਦੀ ਹੈ ਤਾਂ ਇਹ ਬਾਈਕ ਸਵਾਰ ਯੂ ਟਰਨ ਲੈਂਦੇ ਨੇ। ਇੱਕ ਬਾਈਕ ਸਵਾਰ ਹੇਠਾਂ ਉਤਰਦਾ ਹੈ, ਔਰਤ ਦੇ ਵੱਲ ਜਾਂਦਾ ਹੈ
ਅਤੇ ਮੌਕਾ ਦੇਖ ਕੇ ਉਸਦੀ ਚੇਨ ਖੋ ਕੇ ਭੱਜਣ ਲੱਗਦਾ ਹੈ। ਜਿਵੇਂ ਹੀ ਔਰਤ ਰੋਲਾ ਪਾਉਂਦੀ ਹੈ ਤਾਂ ਉੱਧਰ ਗੇਟ ਦੇ ਵਿੱਚ ਸਕੂਲ ਦੇ ਦਰਵਾਜ਼ੇ ਦੇ ਵਿੱਚ ਸਿਕਿਉਰਿਟੀ ਗਾਰਡ ਖੜਾ ਸੀ ਜੋ ਉਸਨੂੰ ਦੇਖ ਲੈਂਦਾ ਹੈ, ਉਸਦੇ ਵੱਲ ਭੱਜਦਾ ਹੈ, ਉਸਨੂੰ ਝਪੱਟਾ ਮਾਰਦਾ ਹੈ, ਜੱਫਾ ਮਾਰ ਕੇ ਫੜਦਾ ਹੈ। ਪਰ ਇਸ ਦੌਰਾਨ ਇਹ ਜਿਹੜਾ ਲੁਟੇਰਾ ਹੁੰਦਾ ਹੈ, ਸਨੈਚਰ ਹੁੰਦਾ ਹੈ, ਸਿਕਿਉਰਿਟੀ ਗਾਰਡ ਨੂੰ ਵੀ ਧੱਕਾ ਮਾਰ ਕੇ ਸੁੱਟ ਦਿੰਦਾ ਹੈ। ਜੋ ਇਸ ਸਨੈਚਰ ਨੇ ਚਿੱਟੇ ਰੰਗ ਦਾ ਸਾਫਾ ਲਿਆ ਹੁੰਦਾ, ਉਹ ਵੀ ਉਹਦਾ ਉੱਥੇ ਹੀ ਡਿੱਗ ਜਾਂਦਾ ਹੈ। ਜਿਸ ਤੋਂ ਬਾਅਦ ਇਹ ਦੋਵੇਂ ਸਨੈਚਰ ਉੱਥੋਂ ਫਰਾਰ ਹੋ ਜਾਂਦੇ ਨੇ ਅਤੇ ਕਿਸੇ ਦੇ ਹੱਥ ਨਹੀਂ ਆਉਂਦੇ। ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਹੀ ਇਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।